सो मैं तुहानू जी हुण लैके आई हाँ बाबू राम जगन्नाथ लखे वाले, जो कि पंजाब तो ही नहीं, जगराओं तो ही नहीं, बहुत दूरों दूरों लोग इत्थों ज्वेलरी लैके जाते हैं, क्योंकि इन्हां दी ज्वेलरी लोग कहिंदे ने शुद्ध हुंदी है। सो अंदर चल रहे हैं, डिजाइन किस तरह के आए हैं और लोग क्यों इन्ना पसंद करते हैं, आओ वेखते हैं। सो अंदर जी मैं आ गई हाँ, तुम वेख सकते हो रौनक वेखिए, अंदाजा लगा ही सकते हो कि कितना लोग पसंद करते हैं इस ज्वेलरी शोरूम को। सो वेखते हैं किस किस तरह के डिजाइन ने और की कुछ है खास। सो इस शोरूम की गल की जाए तो इन्हों अलग अलग सैक्शन डिवाइड किया है, गोल्ड सिल्वर ते डायमंड। सो वेख सकते हो तुसी एज ए सैंपल तुहानू सैट दिखाया, मैं रानी हार जिहनू तुसी कह सकते हो, हर तरह का डिजाइन तुहानू इत्थे मिलन वाला है। प्योर गोल्ड दे विच चाहुंदे हो तुसी कि तुसी कोई उहदे विच मोती या जड़ाऊ नहीं चाहुंदे तां उह वी तुहानू मिल जाएगा। डिजाइन खुद लैके आए हो तुसी, डिजाइन करवाना चाहुंदे हो उह वी तुहानू मिल जाएगा। ये रानी सैट नहीं जिहड़ी कि एज ए सैंपल तुहानू दिखाया, होर भी बहुत कुछ है, हौली हौली स्टैप बाय स्टैप तुहानू सारे सैंपल कवर करूँगी। ਤੁਹਾਨੂੰ ਮੈਂ ਦੱਸਦਾ ਬਾਬੂ ਰਾਮ ਜਗਨਨਾਥ ਜੁਐਲਰੀ ਲੱਖੇ ਵਾਲੇ ਬੈਸਟ ਡਾਇਮੰਡ ਜੁਐਲਰੀ ਦਿੰਦੇ ਨੇ, ਮਤਲਬ ਪਹਿਚਾਣ ਕਰਨੀ ਬਹੁਤ ਈਜ਼ੀ ਹੈ। ਸੋ ਤੁਸੀਂ ਐਜ਼ ਅ ਸੈਂਪਲ ਤੁਹਾਨੂੰ ਅਗਰ ਮੈਂ ਸੈੱਟ ਦਿਖਾਵਾਂ ਤਾਂ ਬਹੁਤ ਖੂਬਸੂਰਤ ਤੁਹਾਨੂੰ ਸੈਂਟ ਲਾਈਟ ਵੇਟ ਦੇ ਵਿੱਚ ਵੀ ਮਿਲਣਗੇ ਡਾਇਮੰਡ ਦੇ ਵਿੱਚ, ਔਰ ਥੋੜ੍ਹਾ ਹਾਈ ਵੇਟ ਦੇ ਵਿੱਚ ਵੀ ਤੁਹਾਨੂੰ ਮਿਲਣਗੇ। ਹੁਣ ਤੁਸੀਂ ਚੂਜ਼ ਕਰਨਾ ਹੈ ਕਿ ਤੁਹਾਨੂੰ ਇਹਦੇ ਵਿੱਚ ਕਿਸ ਤਰ੍ਹਾਂ ਦਾ ਡਾਇਮੰਡ ਚਾਹੀਦਾ ਹੈ। ਅਗਰ ਮੈਂ ਇਸ ਸੈੱਟ ਦੀ ਗੱਲ ਕਰਾਂ, ਪਾਰਟੀ ਵੇਅਰ ਤੁਹਾਨੂੰ ਸੈੱਟ ਦਿਖਣਗੇ, ਪਾਰਟੀ ਵੇਅਰ ਵੀ ਤੁਸੀਂ ਲੈ ਸਕਦੇ ਹੋ, ਨੋਰਮਲ ਵੀ ਤੁਸੀਂ ਲੈ ਸਕਦੇ ਹੋ, ਜਿਵੇਂ ਤੁਹਾਡੀ ਚੋਇਸ ਹੋਵੇ। ਤੁਸੀਂ ਵੇਖ ਸਕਦੇ ਹੋ ਖੂਬਸੂਰਤ ਜਿਹਾ ਸੈੱਟ, ਬਿਲਕੁਲ ਨੈਕ ਦੇ ਨਾਲ ਆਏਗਾ, ਨਾਲ ਤੁਹਾਨੂੰ ਇਹਦੇ ਏਅਰਿੰਗ ਵੀ ਮਿਲਣਗੇ। ਅਗਰ ਇਸ ਸੈੱਟ ਦੀ ਗੱਲ ਕਰਾਂ, ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦਿੰਦੀ ਹਾਂ, ਸੋ ਇਹ ਵੀ ਬਹੁਤ ਖੂਬਸੂਰਤ ਹੈ। ਇਸ ਤਰ੍ਹਾਂ ਦੇ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਨੇ, ਤੁਸੀਂ ਵੇਖ ਸਕਦੇ ਹੋ ਕਿੰਨਾ ਬਿਊਟੀਫੁਲ ਲੱਗ ਰਿਹਾ। ਸੋ ਨੀਚੇ ਤੁਹਾਨੂੰ ਇਹਦੇ ਹਲਕਾ ਜਿਹਾ ਪੈਂਡਰਟ ਵੀ ਮਿਲੇਗਾ, ਨਾਲ ਇਹਦੇ ਏਅਰਿੰਗਸ ਵੀ ਮਿਲਣਗੇ, ਨਾ ਬਹੁਤ ਹੈਵੀ ਆ ਅਤੇ ਨਾ ਬਹੁਤ ਹੀ ਲਾਈਟ ਵੇਟ ਹੈ। ਸੋ ਅਵੇਅਰ ਕਰ ਸਕਦੇ ਹੋ ਤੁਸੀਂ ਆਪਣੀ ਪਾਰਟੀ ਵੇਅਰ ਔਰ ਮੈਰਿਜਸ ਫੰਕਸ਼ਨ ਦੇ ਵਿੱਚ। ਡਾਇਮੰਡ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੈ। ਇੱਕ ਚੀਜ਼ ਹੋਰ, ਬੜਾ ਸਵਾਲ ਹੁੰਦਾ ਹੈ ਕਿ ਡਿਜ਼ਾਈਨ ਸਾਨੂੰ ਬੜੀ ਮੁਸ਼ਕਿਲ ਦੇ ਨਾਲ ਮਿਲ ਰਿਹਾ, ਜੁਐਲਰੀ ਸ਼ੋਰੂਮ ਦੇ ਵਿੱਚ ਅਸੀਂ ਚਲੇ ਤਾਂ ਜਾਂਦੇ ਹਾਂ ਲੇਕਿਨ ਡਿਜ਼ਾਈਨ ਮਿਲਣੇ ਬਹੁਤ ਔਖੇ ਹੁੰਦੇ ਆ। ਅਗਰ ਮੈਂ ਇਸ ਸ਼ੋਰੂਮ ਦੀ ਗੱਲ ਕਰਾਂ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਡਿਜ਼ਾਈਨ ਇੱਥੇ ਮਿਲ ਜਾਏਗਾ। ਸੋ ਡਾਇਮੰਡ ਦੀ ਅਗਰ ਮੈਂ ਗੱਲ ਕਰਾਂ, ਡਾਇਮੰਡ ਦੇ ਵਿੱਚ ਵੀ ਤੁਹਾਨੂੰ ਪੂਰੀ ਜੁਐਲਰੀ ਸਰਟੀਫਾਈਡ ਮਿਲੇਗੀ। ਸੋ ਹੁਣ ਤੁਹਾਨੂੰ ਮੈਂ ਵਿਖਾਉਣੀ ਹਾਂ ਵਾਹ ਵਾਲੇ ਸੈੱਟ, ਯਾਨੀ ਕਿ ਚੌਕਰ ਸੈੱਟ। ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ। ਇਹ ਵੀ ਤੁਹਾਨੂੰ ਡਿਫਰੈਂਟ ਡਿਫਰੈਂਟ ਸਟਾਈਲ ਔਰ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੇ ਵਿੱਚ ਮਿਲਣਗੇ। ਕਹਿਣ ਦਾ ਮਤਲਬ ਹੈ ਕਿ ਇੱਥੇ ਡਿਜ਼ਾਈਨ ਦੀ ਕੋਈ ਕਮੀ ਨਹੀਂ ਹੈ, ਚਾਹੇ ਉਹ ਰਾਣੀ ਸੈੱਟ ਦੇ ਵਿੱਚ ਹੋਣ, ਚੌਕਰ ਸੈੱਟ ਦੇ ਵਿੱਚ ਹੋਣ, ਜਾਂ ਫਿਰ ਬੈਂਗਲਸ ਦੇ ਵਿੱਚ ਹੋਣ, ਜਾਂ ਫਿਰ ਡਾਇਮੰਡਸ ਦੇ ਵਿੱਚ ਹੋਣ, ਤੁਸੀਂ ਹਰ ਤਰ੍ਹਾਂ ਦਾ ਇੱਥੇ ਡਿਜ਼ਾਈਨ ਦੇਖ ਸਕਦੇ ਹੋ। ਅਗਰ ਇਸ ਡਿਜ਼ਾਈਨ ਦੀ ਗੱਲ ਕਰਾਂ, ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ। ਅਗਰ ਇਹਦੀ ਵੇਟ ਦੀ ਗੱਲ ਕਰਾਂ ਤਾਂ ਬਹੁਤ ਸੋਹਣਾ, ਇਹਦੇ ਵਿੱਚ ਹੈਵੀ ਵੇਟ ਵੀ ਤੁਹਾਨੂੰ ਮਿਲ ਜਾਏਗਾ, ਲਾਈਟ ਵੇਟ ਵੀ ਤੁਹਾਨੂੰ ਮਿਲ ਜਾਏਗਾ। ਇਹਨਾਂ ਦੀ ਪਿਓਰਿਟੀ ਅਤੇ ਇਹਨਾਂ ਦਾ ਸਾਰੇ ਕੰਮ ਕਰਨ ਦਾ ਢੰਗ ਸਾਡੇ ਬਹੁਤ ਪਸੰਦ ਆ। ਜਦੋਂ ਟਾਈਮ 'ਤੇ ਸਾਨੂੰ ਚੀਜ਼ ਚਾਹੀਦੀ, ਟਾਈਮ 'ਤੇ ਸਾਨੂੰ ਚੀਜ਼ ਮਿਲ ਜਾਣੀ ਹੈ। ਸਮਹਾਓ ਜਿਸ ਤਰੀਕੇ ਨਾਲ ਮੈਂ ਜ਼ਿਮੀਂਦਾਰ ਪੇਸ਼ੇ ਨਾਲ ਸੰਬੰਧ ਰੱਖਦਾ, ਕਈ ਦਫ਼ਾ ਸਾਡੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਅਸੀਂ ਤਾਂ ਵੀ ਬਣਵਾ ਕੇ ਲੈ ਜਾਂਦੇ ਹਾਂ। 1 ਮੰਥ, 2 ਮੰਥ, 3 ਮੰਥ, 4 ਮਹੀਨੇ, 4 ਮਹੀਨੇ ਬਾਅਦ ਜਿਹੜੀ ਐਗਜੈਕਟ ਵੈਲਿਊ ਅੱਜ ਸੀ, ਅਸੀਂ ਸੇਮ ਵੈਲਿਊ ਇਹਨਾਂ ਨੂੰ ਦੇ ਕੇ ਜਾਣੀ ਹੈ। ਇਹਨੇ ਕਦੀ ਸਾਨੂੰ ਇੰਟਰਸਟ ਨਹੀਂ ਪੁੱਛਿਆ। ਅਤੇ ਜਿਸ ਤਰ੍ਹਾਂ ਮੈਂ ਅੱਜ ਕੜਾ ਲੈ ਕੇ ਆਇਆ, ਉਹ ਮੇਰਾ ਫਰੈਂਡ ਗੋਰਾ ਸੀ, ਉਹਦਾ ਲੈ ਕੇ ਆਇਆ, ਉਹ ਥੋੜ੍ਹਾ ਸਾਈਜ਼ ਛੋਟਾ ਨੂੰ ਵੱਡਾ ਕਰਨਾ, ਉਹਦੇ ਵੇਟ ਮੇਰੇ ਕੋਲ ਆਇਆ ਹੈ। ਇਹਨਾਂ ਨੇ ਵੇਟ ਕਰਕੇ ਮੈਨੂੰ ਦੱਸਿਆ ਸੇਮ ਵੇਟ ਹੈ, ਸੇਮ ਵੈਲਿਊ ਹੈ। ਜਦੋਂ ਮੈਂ ਇੱਥੋਂ ਗਹਿਣੇ ਬਣਾ ਕੇ ਲੈ ਕੇ ਜਾਂਦਾ, ਜਦੋਂ ਮੈਂ ਕੈਨੇਡਾ ਤੋਂ ਵਾਪਸ ਆਉਂਦਾ ਤਾਂ ਮੈਨੂੰ ਉਹ ਵੈਲਿਊਏਟ ਕਰਾਉਣੇ ਪੈਂਦੇ ਆ ਵੀ ਇਹਦਾ ਵਜ਼ਨ ਕੀ ਆ, ਇਹ ਕਿੰਨਾ ਹੈ, ਇਹ ਰੱਖਿਆ ਪਿਓਰ ਸੋਨਾ ਕਿੰਨਾ, ਜਿਸ ਤਰ੍ਹਾਂ ਵੀ ਸਮਝਦੇ ਸਮਝ ਅਤੇ ਸਾਨੂੰ ਕਸਟਮ ਨਾ ਕਰਨਾ ਪਵੇ। ਜਿਹੜਾ ਕੁਛ ਸਾਨੂੰ ਇਹਨਾਂ ਨੇ ਦੱਸਿਆ ਹੁੰਦਾ ਉਹੀ ਚੀਜ਼ ਉਸ ਉੱਥੇ ਵਾਲਾ ਗੋਲਡ ਸਮਿਥ ਜਿੰਨਾ ਵੀ ਕੰਮ ਕਰਦੇ ਗੋਲਡ ਦਾ, ਜਿਊਲਰੀ ਦਾ, ਉਹ ਸੇਮ ਵੇਟ ਸੇਮ ਵੈਲਿਊ ਹੁੰਦਾ। ਹੁਣ ਤੁਹਾਨੂੰ ਵਿਖਾਉਂਦੇ ਹਾਂ ਰਿੰਗਸ ਜੋ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ, ਚਾਹੇ ਵੈਲੈਂਟਾਈਨ ਡੇ ਆ, ਐਨੀਵਰਸਰੀ ਆ, ਚਾਹੇ ਕੋਈ ਵੀ ਓਕੇਜ਼ਨ ਹੋਵੇ, ਅਸੀਂ ਸੋਚਦੇ ਹਾਂ ਕਿ ਗਿਫਟ ਰਿੰਗ ਹੋਣਾ ਚਾਹੀਦਾ ਹੈ। ਸੋ ਸਭ ਦੇ ਬਜਟ 'ਚ ਵੀ ਆ ਜਾਂਦਾ ਹੈ। ਸੋ ਬਹੁਤ ਸੋਹਣੀਆਂ ਸੋਹਣੀਆਂ ਰਿੰਗਸ, ਡਿਜ਼ਾਈਨ ਬਾ ਕਮਾਲ, ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਆਪਣੀ ਮਰਜ਼ੀ ਦੇ ਨਾਲ ਵੀ ਬਣਾ ਸਕਦੇ ਹੋ, ਔਰ ਨਾਲ ਹੀ ਨਾਲ ਅਗਰ ਗੱਲ ਕਰਾਂ ਦੇਖ ਸਕਦੇ ਹੋ ਤੁਸੀਂ ਬਹੁਤ ਖੂਬਸੂਰਤ ਡਿਜ਼ਾਈਨ ਤੁਹਾਨੂੰ ਇਹ ਵੀ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਦਾ ਡਿਜ਼ਾਈਨ ਵੀ ਮਿਲੇਗਾ, ਲਾਈਟ ਵੇਟ, ਹੈਵੀ ਵੇਟ, ਜਿਸ ਤਰ੍ਹਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਦਾ ਲੈ ਸਕਦੇ ਹੋ, ਉਸ ਤਰ੍ਹਾਂ ਦਾ ਬਣਵਾ ਸਕਦੇ ਹੋ। ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲਣ ਵਾਲੇ ਨੇ।
सो इस तरह के खूबसूरत खूबसूरत डिजाइन चाहते हो, प्योरिटी चाहते हो, सोहने सोहने डिजाइन चाहते हो, तो तुसी ज़्यादा जानकारी नंबर डिस्प्ले हो रहे हैं तो स्क्रीन पर गलबात कर सकते हो, विजिट कर सकते हो।